ਜ਼ਮਾਨ ਪਾਰਕ ਦੇ ਵਿੱਚ ਅਸੀਂ ਮੌਜੂਦ ਹਾਂ। ਸਾਡੇ ਨਾਲ ਮੌਜੂਦ ਨੇ ਮੁਦੱਸਰ ਚੌਧਰੀ, ਮੁਦੱਸਰ ਮਛਿਆਣਾ ਸਾਹਿਬ, ਖਾਨ ਸਾਹਿਬ ਦੇ ਸਿਕਿਉਰਿਟੀ ਸਕੁਆਡ ਨੂੰ ਤੇ ਬਾਕੀ ਮਾਮਲਾਤ ਨੂੰ ਲੀਡ ਕਰਦੇ ਨੇ। ਸਭ ਤੋਂ ਪਹਿਲੇ ਮੁਦੱਸਰ ਸਾਹਿਬ, ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਸਰ, ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ, ਆਪਣਾ ਬੈਕਗ੍ਰਾਉਂਡ ਥੋੜ੍ਹਾ ਜਿਹਾ ਦੱਸਣਾ, ਤਾਂ ਕਿ ਉਸ ਤੋਂ ਬਾਅਦ ਅਸੀਂ ਇੰਟਰਵਿਊ ਨੂੰ ਫਰਦਰ ਕੰਟੀਨਿਊ ਕਰੀਏ। ਮੋਹਤਰਮ, ਗੁਜਰਾਤ ਨਾਲ ਤਲਕ ਹੈ ਜੀ, ਓਵਰਸੀਜ਼ ਪਾਕਿਸਤਾਨੀ ਹੈ ਸੀ, ਤੇ ਬਸ ਪਾਕਿਸਤਾਨ ਤਰੀਕੇ ਇਨਸਾਫ ਦੇ ਕਾਰਕੁਨ ਨਾ ਜੀ। ਉਹਦੇ ਇਲਾਵਾ ਖਾਨ ਸਾਹਿਬ ਦੇ ਨਾਲ ਤੁਸੀਂ ਕਦੋਂ ਤੋਂ ਹੋ ਤੇ ਕਦੋਂ ਤੋਂ ਚੱਲ ਰਹੇ ਹੋ? ਤਕਰੀਬਨ 2008 ਤੋਂ ਸੀ ਜਿਹੜਾ ਪੀਟੀਆਈ ਦੇ ਨਾਲ ਚੱਲ ਰਹੇ ਹਾਂ। ਖਾਨ ਸਾਹਿਬ ਦੇ ਜਲਸੇ ਜਲੂਸ ਵਗੈਰਾ ਅਟੈਂਡ ਕਰਦੇ, ਤੇ ਜਿਹੜਾ ਪੀਕ ਸਾਡਾ ਆਇਆ ਸੀ ਉਹ ਸੀ 2014 ਦਾ ਧਰਨਾ ਜੀ ਜੀ। ਉਹਦੇ ਜਦੋਂ ਅਸੀਂ ਚਾਰ ਹਲਕਿਆਂ ਦੀ ਗੱਲ ਕੀਤੀ ਤੇ ਜਿਹੜੀ ਉਹ ਤਹਿਰੀਕ ਚੱਲੀ ਅਸਲ ਖਾਨ ਸਾਹਿਬ ਦੇ ਨਾਲ ਸਾਡਾ ਉਦੋਂ ਦਾ ਮਤਲਬ ਵਾਬਸਤਗੀ ਹੋਈ, ਉਦੋਂ ਦਾ ਫਿਰ ਅਸੀਂ ਜ਼ਿਆਦਾ ਮੁਤਹਰਕ ਹੋਏ 2014 ਤੋਂ ਬਾਅਦ ਨਾ। ਅੱਛਾ, ਉਹ ਕਿਹੜੀ ਚੀਜ਼ ਸੀ ਜਿਹਨੇ ਤੁਹਾਨੂੰ ਮੋਟੀਵੇਟ ਕੀਤਾ ਤੇ ਤੁਸੀਂ ਅਮਰੀਕਾ ਛੱਡ ਕੇ ਤੇ ਪਾਕਿਸਤਾਨ ਆ ਗਏ ਤੇ ਖਾਨ ਸਾਹਿਬ ਦੇ ਨਾਲ ਅਟੈਚ ਹੋ ਗਏ? ਨਹੀਂ, ਅਮਰੀਕਾ ਦੇ ਕੋਈ ਐਡਾ ਖਾਸ ਮਤਲਬ ਨਹੀਂ ਛੱਡਿਆ। ਉਹਦੇ ਵਿੱਚ ਖਾਨ ਸਾਹਿਬ ਇੱਕ ਵਾਰੀ ਇੰਟਰਵਿਊ ਦੇ ਰਹੇ ਸੀ, ਖਾਮਦ ਮੀਰ ਸਾਹਿਬ ਸੀ ਮੇਰਾ ਖਿਆਲ ਹੈ, ਤੇ ਉਹ ਕੋਲ ਇੱਕ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਸਿਆਸਤ ਵਿੱਚ ਨਹੀਂ ਆਓਗੇ ਤੇ ਤੁਹਾਡੇ ਤੋਂ ਬਦਤਰ ਤੁਹਾਡੇ ਹੁਕਮਰਾਨ ਹੁੰਦੇ ਜੀ। ਤੇ ਉਦੋਂ ਬਾਅਦ ਦਾ ਫਿਰ ਮਤਲਬ ਸਾਡਾ ਆਪਣਾ ਸਿਆਸੀ ਸਿਲਸਿਲਾ ਦੇ ਪੁਰਾਣਾ, ਤੇ ਫਿਰ ਮੈਂ ਕਿਉਂਕਿ ਇੱਕ ਬਿਜ਼ਨਸਮੈਨ ਸੀ ਉਦੋਂ, ਫਿਰ 2000 ਮਤਲਬ ਐਕਟਿਵਲੀ 8 ਤੋਂ ਬਾਅਦ ਦੀ ਸੀ, ਫਿਰ ਐਕਟਿਵ ਹੋ ਗਏ ਸਿਆਸਤ ਵਿੱਚ ਜੀ, ਜੋ ਕਿਸਮਤ ਨਸੀਬ ਇੱਥੇ ਸੀ ਇੱਥੇ ਪਹੁੰਚ ਗਏ ਸੀ। ਅੱਛਾ, ਅਸੀਂ ਦੇਖਿਆ ਹੈ ਕਿ ਤੁਸੀਂ ਖਾਨ ਸਾਹਿਬ ਦੇ ਨਾਲ ਨਾਲ ਚੱਲ ਰਹੇ ਹੁੰਦੇ ਹੋ, ਹਰ ਜਗ੍ਹਾ ਤੇ ਤੁਸੀਂ ਉਹਨਾਂ ਤੋਂ ਅੱਗੇ ਹੁੰਦੇ ਹੋ ਤੇ ਹਰ ਚੀਜ਼ ਨੂੰ ਖੁਦ ਫੇਸ ਕਰਦੇ ਹੋ। ਰੀਸੈਂਟਲੀ ਵਜ਼ੀਰਾਬਾਦ ਦੇ ਵਿੱਚ ਖਾਨ ਸਾਹਿਬ ਤੇ ਕਤਲਾਨਾ ਹਮਲਾ ਵੀ ਹੋ ਚੁੱਕਿਆ, ਤੁਹਾਨੂੰ ਆਪਣੇ ਬਾਰੇ, ਆਪਣੀ ਜਾਨ ਦੇ ਬਾਰੇ ਕੋਈ ਖੌਫ ਜਾਂ ਡਰ ਨਹੀਂ ਆਉਂਦਾ? ਨਹੀਂ, ਉਹ ਮੌਤ ਦੇ ਇੱਕ ਦਿਨ ਅਟਲ ਹੈ ਨਾ, ਉਹਦੇ ਵਿੱਚ ਡਰ ਵਾਲਾ ਕਿਹੜਾ, ਇਹੋ ਹੀ ਹੁੰਦਾ ਬੰਦਾ ਮਤਲਬ ਪਾਜ ਹੋ ਕੇ ਨਾ ਮਰੇ। ਹਾਂਜੀ, ਇੱਕੋ ਵਾਰੀ ਸ਼ੱਕ ਜਾਂਦਾ ਰਹੇ ਉਹਦਾ ਕੋਈ ਨਹੀਂ। ਤੇ ਵਜ਼ੀਰਾਬਾਦ ਜਿਹੜਾ ਸੀ ਉਹਦੇ ਸਾਡੇ ਕੋਲ ਪਹਿਲਾਂ ਤਲਾ ਹੀ ਨਾ, ਸਾਨੂੰ ਜ਼ਿਆਦਾਤਰ ਕੁਜਰਾਲੇ ਦੇ ਇੱਕ ਇਲਾਕਾ ਸੀ ਉੱਥੇ ਤਲਾ ਸੀ ਜੀ ਜੀ, ਤੇ ਉਹ ਜਿਸ ਟਾਈਮ ਉਹਦੀ ਅਸੀਂ ਕੀਤੀ ਇਨਵੈਸਟੀਗੇਸ਼ਨ ਤੇ ਪਤਾ ਲੱਗਿਆ ਜੀ ਕਿ ਉਹ ਕੋਈ ਵੱਟੇ ਮਾਰਨ ਦਾ ਉਹਨਾਂ ਦਾ ਪ੍ਰੋਗਰਾਮ ਹੈ ਜੀ। ਫਿਰ ਬਾਅਦ ਵਿੱਚ ਏਜੰਸੀਆਂ ਦੀਆਂ ਖਬਰਾਂ ਸ਼ਬਰਾਂ ਆਉਣ ਲੱਗ ਪਈਆਂ। ਇਸ ਤਰ੍ਹਾਂ ਇੱਕ ਮਜ਼ਹਬੀ ਜਨੂਨੀ ਦੀ ਸਟੋਰੀ ਕੱਢ ਕੇ ਉਹਨਾਂ ਨੂੰ ਅਸੈਸੀਨੇਟ ਕਰਨ ਦੀ ਨਾ ਕੋਸ਼ਿਸ਼ ਕੀਤੀ ਜਾਏਗੀ ਜੀ। ਉਹ ਜੇ ਤੁਸੀਂ ਤਫਸੀਲ ਵੇਖੋ ਨਾ ਆਪਣਾ ਵੀ, ਸਾਡਾ ਪੰਜਾਬ ਹੈ ਜਾਂ KPK, ਤੇ ਹਰ ਬੰਦੇ ਨੇ ਜ਼ਿੰਦਗੀ ਵਿੱਚ ਇੱਕ ਵਾਰੀ ਤਾਂ ਫਾਇਰ ਕੀਤਾ ਹੁੰਦਾ। ਬਿਲਕੁਲ, ਤੇ ਜੇ ਜ਼ਿਆਦਾ ਵੀ ਕੀਤੇ ਹੋਣੇ ਤਾਂ ਆਪਣਾ ਪਹਿਲਾ ਫਾਇਰ ਸਾਰਿਆਂ ਨੂੰ ਯਾਦ ਰਹਿੰਦਾ, ਜਦੋਂ ਪਹਿਲੀ ਬੰਦੂਕ ਚਲਾਈ ਦੀ ਹੈ। ਹਾਂਜੀ, ਤੇ ਉਹ ਕਿੰਜ ਠਾ ਦੀ ਆਵਾਜ਼ ਆਉਣੀ ਹੈ ਤਾਂ ਬੰਦਾ ਤਰੱਠ ਕੇ ਜਿਹੜਾ ਥੋੜ੍ਹਾ ਨਾ ਮਤਲਬ ਉਹ ਟਰੈਗਰ ਦਬਾਉਂਦਾ। ਬਿਲਕੁਲ, ਤੇ ਉਹ ਬੰਦੇ ਨੇ ਜਿਸ ਤਰ੍ਹਾਂ 60 ਦਾ ਆਪਣਾ ਐਂਗਲ ਦੇ ਨਾਲ, ਬਲਕਿ 80 ਦੇ ਐਂਗਲ ਦੇ ਨਾਲ ਉਹਨੇ ਫਾਇਰ ਕੀਤਾ ਜੀ, 8 ਦੀਆਂ 8 ਜਾਂ 10 ਦੀਆਂ 10 ਗੋਲੀਆਂ ਦੀਆਂ ਠੀਕ ਨਿਸ਼ਾਨੇ ਦੇ ਗਈਆਂ ਨੇ, ਤੇ ਚੰਗਾ ਭਲਾ ਟ੍ਰੇਨਡ ਆਦਮੀ ਸੀ। ਤੇ ਉਹ ਤੇ ਚਲੋ ਵਜ਼ੀਰਾਬਾਦ ਲੰਘ ਗਿਆ, ਸਾਨੂੰ ਹੁਣ ਵੀ ਉਹਨਾਂ ਜ਼ਿਆਦਾ ਵੱਡੀਆਂ ਥ੍ਰੈਟਸ ਨੇ ਖਾਨ ਸਾਹਿਬ ਨੂੰ ਨੇ, ਉਹਨਾਂ ਦੇ ਪਾਰਟੀ ਦੇ ਜਿਹੜੇ ਕਾਰਕੁਨ ਨੇ ਉਹਨਾਂ ਨੂੰ ਨੇ, ਤੇ ਅੱਲਾ ਕੀਤਾ ਖਾਨ ਸਾਹਿਬ ਫੇਸ ਪੇ ਕਰਦੇ ਨੇ, ਅਸੀਂ ਸਾਰੇ ਵੀ ਫਿਰ ਨਾਲ। ਵੈਸੇ ਤੇ ਪੂਰੀ ਦੁਨੀਆ ਨੂੰ ਪਤਾ ਹੈ, ਪੂਰੇ ਮੁਲਕ ਨੂੰ ਪਤਾ ਹੈ ਖਾਨ ਸਾਹਿਬ ਬੜੇ ਦਲੇਰ ਇਨਸਾਨ ਨੇ। ਤੁਸੀਂ ਕਿਉਂਕਿ ਖਾਨ ਸਾਹਿਬ ਦੇ ਨਾਲ ਹੁੰਦੇ ਹੋ, ਜਦੋਂ ਇਸ ਤਰੀਕੇ ਦਾ ਕੋਈ ਥ੍ਰੈਟ ਮਿਲਦਾ ਹੈ ਜਾਂ ਇਸ ਤਰੀਕੇ ਦਾ ਕੋਈ ਇਨਸੀਡੈਂਟ ਹੁੰਦਾ ਹੈ ਤੇ ਖਾਨ ਸਾਹਿਬ ਦਾ ਕੀ ਰਿਐਕਸ਼ਨ ਹੁੰਦਾ ਹੈ, ਲੋਕ ਜਾਣਨਾ ਚਾਹੁੰਦੇ? ਪ੍ਰੀਕਾਸ਼ਨਸ ਹੁੰਦੀਆਂ ਨੇ ਨਾ ਥੋੜੀਆਂ, ਚਲੋ ਮਤਲਬ ਇੱਕ ਜ਼ਿੰਦਗੀ ਦਾ ਕੋਈ ਨਹੀਂ ਐਡਾ ਹੁੰਦਾ, ਕਿਉਂਕਿ ਹੁਣ ਤੱਕ ਜਿਹੜੇ ਸਾਡੇ ਆਪਣੇ ਪਾਰਟੀ ਦੇ ਪ੍ਰੋਗਰਾਮ ਨੇ ਉਹਨਾਂ ਥ੍ਰੈਟਸ ਦੇ ਬਾਵਜੂਦ ਖਾਨ ਸਾਹਿਬ ਨੇ 180 ਦਿਨਾਂ ਵਿੱਚ 70 ਜਲਸੇ ਕੱਢ ਦਿੱਤੇ ਸੀ ਜੀ। ਬਿਲਕੁਲ, 10-15 ਰੈਲੀਆਂ ਨੂੰ ਉਹਨਾਂ ਲੀਡ ਕਰ ਛੜਿਆ, ਮਤਲਬ ਕਿ ਪੂਰਾ 365 ਦਿਨਾਂ ਵਿੱਚ ਕੋਈ ਦਿਨ ਐਸਾ ਨਹੀਂ ਜਾਂਦਾ ਜਿਹਦੇ 'ਚ ਖਾਨ ਸਾਹਿਬ ਪੋਲੀਟੀਕਲ ਐਕਟੀਵਿਟੀ ਨਹੀਂ ਕਰ ਰਹੇ। ਹੁਣ ਰਮਜ਼ਾਨ ਹੈ ਤੇ ਇਹਦੇ 'ਚ ਕਮ ਅਜ਼ ਕਮ ਉਹ ਦਿਹਾੜ ਦੇ ਕੋਈ 800,000 ਬੰਦੇ ਨੂੰ ਮਿਲਦੇ ਨੇ ਫਿਰ। ਬਿਲਕੁਲ ਜੀ, ਤੇ ਥ੍ਰੈਟ ਨਾਲ ਤਰੱਠ ਕੇ ਬਹਿ ਰਹਿਣਾ ਜਾਂ ਡਰ ਕੇ ਬਹਿ ਰਹਿਣਾ ਖਾਨ ਇੰਜ ਦਾ ਬੰਦਾ ਨਹੀਂ ਹੈ, ਨਾ ਉਹਦੇ ਫਾਲੋਅਰ ਇੰਜ ਦੇ ਬੰਦੇ ਨੇ। ਖਾਨ ਸਾਹਿਬ ਦੇ ਵਿੱਚ ਤੁਹਾਨੂੰ ਸਭ ਤੋਂ ਪਿਆਰੀ ਗੱਲ ਕਿਹੜੀ ਲੱਗਦੀ ਹੈ, ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਅੱਛੀ ਲੱਗਦੀ ਹੈ, ਕੋਈ ਖੂਬੀ ਹੁੰਦੀ ਹੈ ਨਾ ਬੰਦੇ ਦੀ? ਸਾਦਾ ਆਦਮੀ ਜੀ, ਬਿਲਕੁਲ ਸਾਦਗੀ। ਮਤਲਬ ਸਾਦਗੀ ਤੁਹਾਨੂੰ ਪਸੰਦ ਹੈ ਖਾਨ ਸਾਹਿਬ ਦੀ? ਸਾਦਗੀ ਇੰਜ ਹੀ ਪਸੰਦ ਹੁੰਦੀ ਹੈ, ਲੇਕਿਨ ਐਡਾ ਵੱਡਾ ਬੰਦਾ ਹੋਏ ਤੇ ਸਾਦਾ ਹੋਏ। ਹਾਂਜੀ, ਤੇ ਫਿਰ ਜਿਸ ਹਾਲਾਤ ਵਿੱਚੋਂ ਜਿੰਨੇ ਲੋਕਾਂ ਦੇ ਨਾਲ ਮੁਖਾਲਫਤ ਲੈ ਕੇ ਆਲਮੋਸਟ ਪਾਕਿਸਤਾਨ ਦੀਆਂ ਸਾਰੀਆਂ ਪਾਰਟੀਆਂ ਨਾਲ ਜੀ, ਆਲਮੀ ਸਟੈਬਲਿਸ਼ਮੈਂਟ ਨਾਲ, ਲੋਕਲ ਸਟੈਬਲਿਸ਼ਮੈਂਟ ਨਾਲ ਮੱਥਾ ਲਾ ਕੇ ਉਹ ਬੰਦਾ ਬੈਠੇ ਆ, ਡਾਊਨ ਟੂ ਅਰਥ ਹੈ,
ਤੇ ਗ੍ਰੇਟ ਮੈਨ ਹੈ ਮਤਲਬ ਖਾਨ ਸਾਹਿਬ ਦੀ ਬਹਾਦਰੀ ਦਾ ਕੋਈ ਐਸਾ ਕਿੱਸਾ ਜਿਹੜਾ ਤੁਹਾਡੇ ਦਿਲ ਦੇ ਵਿੱਚ ਘਰ ਕਰ ਗਿਆ ਹੋਵੇ ਜਿਹਨੂੰ ਤੁਸੀਂ ਕਦੇ ਵੀ ਨਹੀਂ ਭੁਲਾ ਸਕਦੇ ਪਿੰਡੀ ਜਲਸਾ ਸੀ ਜੀ ਤੇ ਖਾਨ ਸਾਹਿਬ ਤਕਰੀਰ ਕਰ ਰਹੇ ਨੇ ਸਾਡੇ ਕੋਲ ਖਬਰ ਆਈ ਕਿ ਵਾਪਸ ਬਨੀਗਾਲਾ ਜਾਣਾ ਤੇ ਫਲਾਣੇ ਨਾਕੇ ਦੇ ਜੀ ਪੁਲਿਸ ਦੀਆਂ ਗੱਡੀਆਂ ਖਲੋਤੀਆਂ ਨੇ ਤੇ ਸਾਰਾ ਕੁਝ ਤੇ ਉਹਨਾਂ ਗ੍ਰਿਫਤਾਰ ਕਰਨਾ ਜੀ ਹੁਣ ਜਿਉਂ ਹੀ ਉਹ ਜਲਸਾ ਮੁੱਕਿਆ ਤੇ ਅਸਦ ਉਮਰ ਸਾਹਿਬ ਕੋਈ ਨਹੀਂ ਸੀ ਨਾ ਅਮਰ ਕਿਆਨੀ ਸਾਹਿਬ ਸੀ ਉੱਥੇ ਤੇ ਖਾਨ ਸਾਹਿਬ ਨੂੰ ਦੱਸਿਆ ਖਾਨ ਸਾਹਿਬ ਇਹ ਮਾਮਲਾ ਤੇ ਟੁਰਦਿਆਂ ਟੁਰਦੇ ਨਾ ਤੇ ਅੱਗੇ ਜਿਸ ਟਾਈਮ ਰਾਹਦਾਰੀ ਵਿੱਚ ਗਏ ਤੇ ਉੱਥੇ ਅਸਦ ਉਮਰ ਦੇ ਅਮਰ ਕਿਆਨੀ ਆਏ ਜੀ ਉਹਨਾਂ ਦੱਸਿਆ ਜੀ ਇਹ ਮਸਲਾ ਤੇ ਹੁਣ ਬਨੀਗਾਲਾਲ ਨਹੀਂ ਜਾਣਾ ਨਾ ਜੀ ਤੇ ਉਹ ਖਾਨ ਸਾਹਿਬ ਜਿਸ ਟਾਈਮ ਕਿਹਾ ਨਾ ਕੋਈ 15 ਸੈਕਿੰਡ ਦੀ ਗੱਲ ਉਹਨਾਂ ਨੇ ਸੁਣੀ ਤੇ ਫੈਸਲਾ ਉਹਨਾਂ ਨੇ ਕੀ ਕੀਤਾ ਕਦੇ ਘਰ ਛੱਡ ਕੇ ਵੀ ਕਿਤੇ ਜਾਈਦਾ ਜੀ ਗੱਡੀ 'ਚ ਬੈਠੇ ਤੇ ਟੁਰਨ ਲੱਗੇ ਤੇ ਆਹ ਦੋਸਤ ਕਹਿੰਦੇ ਨੇ ਜ਼ਰਾ ਠਹਿਰ ਜਾਓ ਕੋਈ ਆਪਣੇ ਵਰਕਰ ਇਕੱਠੇ ਹੋ ਲੈਣ 10-15 ਮਿੰਟ ਸੋਚਣ ਦੇ ਦਿਓ ਜੀ ਤੇ ਅਗਲੇ ਮਿੰਟ 'ਚ ਗੱਡੀਆਂ ਸਾਰੀਆਂ ਬਨੀਗਾਲਾਲ ਸੇ ਇਹ ਫਿਰ ਮਤਲਬ ਕਿ ਲੀਡਰ ਹੁੰਦਾ ਜਿਹੜਾ ਕਾਬਲੇ ਫਰਾਮੋਸ਼ ਵਾਕਿਆਂ ਦੇ ਵਿੱਚ ਜੀ ਮਤਲਬ ਉਹਨਾਂ ਵਿੱਚ ਇੱਕ ਇਹ ਪਿਛਲੇ ਦਿਨਾਂ ਐਵੇਂ ਹੋਇਆ ਜਦੋਂ ਖਾਨ ਸਾਹਿਬ ਦੂਸਰੀ ਚੀਜ਼ ਜਿਹੜੀ ਸੀ ਨਾ ਮਤਲਬ ਜਿਸ ਟਾਈਮ ਫਾਇਰਿੰਗ ਹੋਈ ਜੀ ਤੇ ਉਹ ਕੰਟੇਨਰ ਦੇ ਉੱਤੋਂ ਲਾ ਕੇ ਖਾਨ ਸਾਹਿਬ ਨੂੰ ਜਿਸ ਟਾਈਮ ਬੁਲਟ ਪਰੂਫ ਏਰੀਏ 'ਚ ਆਉਂਦਾ ਤੇ ਬਾਹਰ ਨਿਕਲਣਾ ਸੀ ਤੇ ਜ਼ਹਿਰੀ ਤੌਰ ਤੇ ਡਰ ਆਇਆ ਕਿ ਕੋਈ ਗ੍ਰਨੇਡ ਨਾ ਆਏ ਤੇ ਕੋਈ ਸੁਸਾਈਡਰ ਨਾ ਆਏ ਜੀ ਤੇ ਉਹਦੇ ਵਾਸਤੇ ਫਿਰ ਖਾਨ ਸਾਹਿਬ ਨੂੰ ਕਿਹਾ ਜ਼ਰਾ ਉਹ ਖਾਨ ਸਾਹਿਬ ਨੇ ਫਿਰ ਉਹ ਅਹਿਮਦ ਖਾਨ ਦਾ ਤੇ ਦੂਸਰੇ ਆਪਣੇ ਦੋਸਤ ਮੇਰੇ ਨੇ ਉਹਨਾਂ ਦਾ ਥੋੜਾ ਹੱਥ ਪਿੱਛੇ ਕੀਤਾ ਤੇ ਆਪ ਬੂਹੇ ਅੱਗੇ ਆਏ ਉਹ ਜਿਹੜਾ ਫਿਰ ਮੁੱਕੇ ਦਾ ਉਹਨਾਂ ਨਿਸ਼ਾਨ ਬਣਾਇਆ ਹਾਂਜੀ ਉਹ ਕਿਹੜੀ ਬਾਤ ਹੈ ਕਿ ਮਤਲਬ ਸਿੰਬਲ ਹੈ ਕਿ ਤੁਹਾਡੇ ਤੇ ਕਾਤਲਾਨਾ ਹਮਲਾ ਹੋਇਆ ਤੁਸੀਂ ਫੇਰ ਬਾਹਰ ਉਸੇ ਕਰੋੜੇ ਨਿਕਲਦੇ ਤੇ ਆਪਣਾ ਮੁੱਕਾ ਪੇ ਵਹਾਂਦੇ ਬਿਲਕੁਲ ਤੇ ਕਰੋੜ ਨੂੰ ਤੇ ਉਹਨਾਂ ਨੇ ਹੱਥ ਲਾ ਕੇ ਕੀਤਾ ਤੇ ਜਿਹੜਾ ਮੁੱਕਾ ਬਣਾਇਆ ਸੀ ਜਿਨ੍ਹਾਂ ਨੂੰ ਉਹਨਾਂ ਨੇ ਵਹਾਇਆ ਉਹਨਾਂ ਨੂੰ ਪਤਾ ਕਿ ਸਾਨੂੰ ਉਹ ਮੁੱਕਾ ਵਹਾਇਆ ਗਿਆ ਬਿਲਕੁਲ ਤੇ ਜਿਹਨੇ ਦੱਸਿਆ ਕਿ ਇਹ ਮੈਂ ਖਲੋਤੇ ਆ ਜੇ ਹਾਂਜੀ ਜ਼ਿੰਦਗੀ ਮੌਤ ਅੱਲਾ ਦੇਣੀ ਹੈ ਤੁਸੀਂ ਕੋਸ਼ਿਸ਼ ਕਰ ਲਓ ਜਿਹੜੀ ਕਰਨੀ ਹੈ ਆਪਣੀ ਅੱਛਾ ਪਿਛਲੇ ਦਿਨਾਂ ਐਵੇਂ ਵਾਕਿਆ ਹੋਇਆ ਜਦੋਂ ਇਸਲਾਮਾਬਾਦ ਪੇਸ਼ੀ ਤੇ ਖਾਨ ਸਾਹਿਬ ਗਏ ਹੋਏ ਸੀ ਪਿੱਛੋਂ ਘਰ ਦੇ ਵਿੱਚ ਗੇਟ ਤੋੜਿਆ ਗਿਆ ਤੋੜਫੋੜ ਹੋਈ ਤੇ ਉਸ ਵਕਤ ਖਾਨ ਸਾਹਿਬ ਦਾ ਕੀ ਰਿਐਕਸ਼ਨ ਸੀ ਤੇ ਕੀ ਤੁਸੀਂ ਇਹ ਨਹੀਂ ਸੋਚਿਆ ਕਿ ਬਨੀਗਾਲਾ ਜਾਂ ਪਿਸ਼ਾਵਰ ਚਲੇ ਜਾਈਏ ਜ਼ਮਾਨ ਪਾਰਕ ਹੀ ਵਾਪਸ ਆਏ ਨਹੀਂ ਉਸ ਦਿਨ ਇੱਕ ਇਹ ਵਾਕਿਆ ਨਹੀਂ ਹੋਇਆ ਨਾ ਉਸ ਦਿਨ ਦੋ ਵਾਕਿਆ ਹੋਏ ਜੀ ਉਸ ਦਿਨ ਦਾ ਜਿਹੜਾ ਗਰਾਊਂਡ ਸੈੱਟ ਸੀ ਨਾ ਉਹ ਇਹ ਸੀ ਕਿ ਖਾਨ ਨੂੰ ਕੋਰਟ ਦੇ ਵਿੱਚੋਂ ਗ੍ਰਿਫਤਾਰ ਕਰਨਾ ਤੇ ਜੇ ਗ੍ਰਿਫਤਾਰ ਨਹੀਂ ਕਰਨਾ ਤੇ ਕੋਈ ਹੋਰ ਹਰਬਾ ਵੀ ਇਸਤੇਮਾਲ ਹੋ ਸਕਦਾ ਸੀ ਸਾਡਾ ਜੀ ਗੱਡੀਆਂ ਆਪਸ ਵਿੱਚ ਠੁੱਕ ਗਈਆਂ ਜੀ ਉੱਥੋਂ ਅੱਗੇ ਨਿਕਲੇ ਜੂ ਮੋਟਰਵੇ ਤੋਂ ਤੇ ਸਾਡੇ ਨਾਲ ਜੇ 400 ਗੱਡੀ ਸੀ ਤੇ 380 ਉਹਨਾਂ ਡੱਕ ਲਈਆਂ ਤੇ 20 ਗੱਡੀਆਂ ਰਹਿ ਗਈਆਂ ਜੀ ਉਹ 20 ਗੱਡੀਆਂ ਲੈ ਕੇ ਸੀ ਅੱਗੇ ਗਈਆਂ ਤੇ ਫਿਰ 500 ਗੱਡੀ ਹੋ ਗਈ ਉਹ ਫਿਰ ਦੂਜੇ ਨਾਕੇ ਦੇ ਉਹਨਾਂ ਨੇ ਡੱਕੀਆਂ ਫਿਰ ਕੋਈ 10 ਰਹਿ ਗਈਆਂ ਜੀ ਫਿਰ ਅੱਗੇ ਗਏ ਆ ਤੇ ਇੰਜੀ ਗੱਡੀਆਂ ਵੱਧ ਗਈਆਂ ਉੱਥੇ ਉਹਨਾਂ ਨੇ ਡੱਕੀਆਂ ਤੇ ਅੱਗੇ ਗਏ ਆ ਤੇ ਅੱਗੇ ਪਤਾ ਲੱਗਿਆ ਵੀ ਪੂਰਾ ਇਸਲਾਮਾਬਾਦ ਦਾ ਪਿੰਡੀ ਸਲਾਮ ਕਰਨ ਆਏ ਆ ਉੱਥੇ ਹਾਜ਼ਰੀ ਦੇਣ ਆਏ ਜੀ ਤੇ ਮੀਡੀਆ ਵਹਾ ਨਹੀਂ ਸਕਿਆ ਜਿੰਨੀ ਹਲਕਤ ਅੱਗੇ ਆਈ ਉਹਦੇ ਨਾਲ ਤੇ ਦੁਗਨੇ ਬੰਦੇ ਲੋਕਾਂ ਨੂੰ ਜਦੋਂ ਪਤਾ ਲੱਗਿਆ ਕਿ ਕੋਰਟ ਦੇ ਪਿਛਲੇ ਪਾਸੇ ਬੂਹੇ ਦੇ ਉਹਦੇ 'ਚ ਉਹਨਾਂ ਨੇ ਖਲਵਾਈ ਹੈ ਆਰਮਡ ਕਾਰ ਗੱਡੀ ਤੇ ਖਾਨ ਨੂੰ ਉਹਦੇ ਹੀ ਪਾ ਕੇ ਖੜਨਾ ਉਹ ਪਿਛਲੇ ਪਾਸੇ ਦੁਗਨੇ ਤਿਗਨੇ ਬੰਦੇ ਆਏ ਸਿਰਫ ਮੀਡੀਆ ਦੇ ਅਗਲਾ ਹਿੱਸਾ ਵਿਖਾਇਆ ਹਾਂਜੀ ਉਹ ਜਿਸ ਟਾਈਮ ਪਹਿਲਾ ਸ਼ੈਲ ਫਿਰ ਫਾਇਰ ਹੋਇਆ ਨਾ ਉਹ ਵਾ ਬਦਲੀ ਤੇ ਧੂਆਂ ਸਾਡੇ ਵੱਲ ਆਉਣ ਦੇ ਬਜਾਏ ਪੁਲਿਸ ਵੱਲ ਟੁਰ ਪਿਆ ਹਾਂਜੀ ਤੇ ਉਹਨਾਂ ਉੱਤੇ ਖੱਪ ਪਾ ਛੜੀ ਜੀ ਇਹ ਸਾਨੂੰ ਸ਼ੈਲ ਪੇ ਮਾਰਦਾ ਤੇ ਉਹ ਬਾਅਦ ਫਿਰ ਮੀਡੀਆ 'ਚ ਗੱਲ ਆਈ ਪਤਾ ਲੱਗਿਆ ਕੀ ਹੋਇਆ ਤੇ ਜਿਹੜਾ ਘਰ ਵਾਲਾ ਵਾਕਿਆ ਸੀ ਇਹਦਾ ਸਾਨੂੰ ਰਿਪੋਰਟ ਠਹਿਰ ਕੇ ਹੋਈ ਨਾ ਕਿਉਂਕਿ ਸਾਡੇ ਨਾਲ ਲੱਗੇ ਸੀ ਜੈਮਰ ਜੀ ਤੇ ਫਿਰ ਉਹ ਸੁਪਰੀਮ ਕੋਰਟ ਜਿਸ ਟਾਈਮ ਵੜਨ ਤੋਂ ਪਹਿਲਾਂ ਸਾਨੂੰ ਤਲਾਹ ਮਿਲ ਗਈ ਕਿ ਘਰ 'ਚ ਇਹ ਵਾਕਿਆ ਹੋਇਆ ਕਿਉਂਕਿ ਉਹ ਦਰਮਿਆਨ ਵਿੱਚ ਤਲਾਹ ਨਹੀਂ ਲੱਭੀ ਜਾਂ ਸ਼ੁਰੂ ਵਿੱਚ ਨਹੀਂ ਲੱਭੀ ਜਿਸ ਟਾਈਮ ਵਾਕਿਆ ਮੁੱਕ ਗਿਆ ਤੇ ਤਾਂ ਤਲਾਹ ਲੱਭੀ ਜੀ ਤੇ ਉਸ ਟਾਈਮ ਫਿਰ ਇਹ ਹੋਈ ਸੀ ਚਲੋ ਘਰ ਜਾ ਕੇ ਵੇਖਨੇ ਆ ਕਿ ਟੁੱਟ ਪਾ ਜਾਏ ਕਿ ਨਹੀਂ ਹੋਣਗੇ ਇੱਥੇ ਇਹ ਵੀ ਸੋਚਿਆ ਜਾ ਰਿਹਾ ਸੀ ਕਿ ਖਾਨ ਸਾਹਿਬ ਸ਼ਾਇਦ ਪਿਸ਼ਾਵਰ ਜਾਂ ਬਨੀਗਾਲਾ ਟੁਰ ਜਾਣਗੇ ਨਹੀਂ ਪਿਸ਼ਾਵਰ ਜਾਂ ਬਨੀਗਾਲਾ ਕੀ ਜਾਣਾ ਲਾਹੌਰ ਬੈਠੇ ਆ ਐਸੇ ਪਿਛਲੇ 4-5 ਮਹੀਨਿਆਂ ਤੋਂ ਬਿਲਕੁਲ ਜੀ ਸਕੂਨ ਦੇ ਨਾਲ ਇੱਥੇ ਰਹਾਂਗੇ ਅਸੀਂ ਪਿਸ਼ਾਵਰ ਜਾ ਕੇ ਕੀ ਕਰਨਾ ਹੁਣ ਪਿਸ਼ਾਵਰ ਵਾਲੇ ਬੜਾ ਕਹਿੰਦੇ ਨੇ ਆਓ ਹਾਂਜੀ ਤੇ ਚੱਕਰ ਉੱਥੇ ਦਾ ਵੀ ਲਾਣਾ ਚਾਹੀਦਾ ਪਰ ਇੱਕ ਵਾਰ ਜਦੋਂ ਅਸੀਂ ਪਿਛਲਾ ਲਾਂਗ ਮਾਰਚ ਕੱਢਣਾ ਸੀ ਤੇ ਅਸੀਂ ਉਦੋਂ ਕੋਈ 7-8 ਦਿਹਾੜੇ ਉੱਥੇ ਰਹੇ ਬਿਲਕੁਲ ਜ਼ਹਿਰੀ ਤੌਰ ਤੇ ਪਿਸ਼ਾਵਰ ਵਿੱਚ ਖਾਨ ਸਾਹਿਬ ਦੀ ਮਕਬੂਲੀਅਤ ਬਹੁਤ ਹੀ ਜ਼ਿਆਦਾ ਇਹ ਉਹ ਸੂਬਾ ਜਿਹੜਾ ਦੂਜੀ ਵਾਰੀ ਖਾਨ ਸਾਹਿਬ ਨੂੰ ਇਕਤਦਾਰ ਪਿਆ ਦਵਾਉਂਦਾ ਐਤਕੀ ਦੀ ਉਮੀਦ ਹੈ ਤੇ ਮੁਹਾਲਫਤ 4 ਸੀਟਾਂ ਵੀ ਨਹੀਂ ਨਿਕਲਣ ਦੀਆਂ ਤੇ ਪਿਸ਼ਾਵਰ ਵਾਲੇ ਬੜਾ ਕਹਿੰਦੇ ਨੇ ਪਿਸ਼ਾਵਰ ਆਓ
कश्मीर वाले कश्मीर बुलाते हैं, जीबी का वजीरे आला बैठे आ कहिंदा जीबी आओ, तो वही गल है खान साहब की कार छड़ के कित्थे जाइए आला। अच्छा चौधरी साहब, तुसी क्योंकि खान साहब के नाल हुंदे हो हर जगह पर कारकुनान दे विच या बाकी जिहड़े लोग ने पाकिस्तानी ने वो तुहानूं मुहब्बतां दा इजहार करते हैं, बड़ी मुहब्बत करते हैं तुहाडे नाल भी कि खान साहब नूं तुसी सिक्योर करते जे, उन्हां दे लीडर नूं सिक्योर करते जे, वो मुहब्बत जो थोड़े तक सोशल मीडिया के जरिए या वैसे तुम्हें लोग मिलते हैं मुहब्बत पहुँचती हैं तो कैसा फील आता है, की फील करते हो? दवाली चीज़ है ना, वर्कर वर्कर बड़ी मुहब्बत करता, कोई डाउट नहीं आदे नाल ना। ते अच्छा लगता, चंगा महसूस होता, तलक है, चंगे तो चंगा वर्कर मिलता, लड़न आला भी मिलता। हूँ जिस तरह मतलब क्या टिकटों का सीजन है, टिकटों के इंटरव्यू ने ओ पहले दो महीने मैं ओपन किया हुआ सी, वर्कर आवे फिरे टूरे जमान पार्क वेखे नारे लाए, बिल्कुल। तो एक दिहाड़े मैं ला छड़ी पाबंदी उत्थे, मैं कहा यार हुण असीं जिन्ना इंटरव्यू देने ने टिकट दे, हुण सिर्फ अगले पांच दिहाड़े ओह आवन। हाँ जी, दो दिहाड़े दे वर्कर ने चंगी मेरी लंब कढ़ी है ना सोशल मीडिया उत्ते अगे पिछे, ते हुण अल्लाह कीता उन्हां नूं पता लग्गिया यार पांच सत्त दिहाड़े ने अबू वे फिर खुल जाणे, ते हुण जरा सबर विच आए ने। हाँ जी, ते खास तौर दे ओवरसीज बड़ी मुहब्बत करदे ने, मैं सारयां दा शुक्रिया भी अदा करदा। ते खान साहब दे पारस ने जिहदे नाल जिहड़ा भी लगे फिर तरे ही मतलब रहिंदा ओ। अच्छा, तुसी चूंकि खान साहब नूं रिप्रेजेंट करदे हो इस मौके ते या वर्कर्स दे विच भी, जिहड़े पाकिस्तानी सानूं देख रहे ने या जिहड़े वर्कर देख रहे ने, उन्हां दे नाम कोई एक पैगाम? मैं बड़ी बारी पैगाम दिता है, ते खान साहब भी रोज़ पैगाम देंदे ने। ये वर्करां दे वास्ते भी सिर्फ यह चीज़ है कि जिहड़ा हुण दा दौर साडा चल रहा ना, यह पाकिस्तान दा मेक दे ब्रेक है, इहदे विच ही फैसले होने ने कि पाकिस्तान ने आइन दे कानून दे मुताबक चलना या चंद लोगों की हवाइश के मुताबिक चलना। कोई आर्मड लड़ाई नहीं है, नजरियात की लड़ाई है। बिल्कुल, जे 90 दिन विच इलेक्शन नहीं हो सकता, जेड़े विच कोई तरीका ही नहीं ओदे दू नसन दा, हाँ जी, तो पिछे दे आइन वाली गल ही कोई नहीं रह जांदी। एग्जैक्टली एवें अगे दे असीं कहंदे सी साडे नाल खलोवो, उन दे सुप्रीम कोर्ट भी बेचारी मजबूर हुई है, वो जो कोई फैसला दे दे उन्होंने भी कहंदे ने भाई तुसीं भी हट जाओ। हाँ जी, तो कौम नूं ते वर्कर नूं सिर्फ इहो ही पैगाम है कि आ टाइम है तहरीक का हिस्सा बनन दा, अपना एहतजाज रिकॉर्ड कराउण दा, ते इह मुल्क नूं इक वसदे पासे लै के जाण दा। ते सारे बंदे जिस टाइम इसी को कॉल दिए, पार्टी की क्यादत लीडरशिप खान साहब को फैसला करन को कॉल देंदा, जिहड़ा साडा ही जी तुहाडी लड़ाई नहीं है, तुहाडे बच्चियां दी भी लड़ाई है जिहड़े खान पिया लड़दा। बिल्कुल, ते तुहानू अगे भी तुसी बड़ा साडे नाल कर रहे हो 75 दिनां दो, हर वेले 24 घंटे शिफ्टां लगियां ने, बंदे आए बैठे होंदे ने, ते बहरहाल जिहड़ी कॉल अगू खान साहब ने देनी उहदे च भरपूर हिस्सा लो जी, ते मुल्क वास्ते कुछ करो जी। बहुत शुक्रिया चौधरी मुदसर मछियाना साहब, तुहाडी बड़ी मेहरबानी, तुसी सानू टाइम दिता। इस दे नाल ही पाकिस्तान तहरीके इंसाफ तो सानू दिओ इजाजत, अल्लाह निगेबान।